ਸਾਡੇ ਯੂਟਿਊਬ ਚੈਨਲ ਸੋਸ ਰੱਬ ਦੇ ਬਹੁਤ ਬਹੁਤ ਸਵਾਗਤ ਹੈ ਜੀ। ਅਤੇ ਨਾਲ ਹੀ ਸਾਡੀ ਛੋਟੀ ਜਿਹੀ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਕਰੋ ਸਬਸਕ੍ਰਾਈਬ ਅਤੇ ਬੇਲ ਆਈਕੋਨ 'ਤੇ ਕਰੋ ਕਲਿੱਕ। ਨਵੀਂ ਤੋਂ ਨਵੀਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਆਓ, ਤੁਹਾਨੂੰ ਲੈ ਚੱਲਦੇ ਇੱਕ ਨਵੀਂ ਵੀਡੀਓ ਅਤੇ ਖਬਰ ਦੇ ਵੱਲ। ਹਾਂਜੀ, ਸਾਰੇ ਦਰਸ਼ਕ ਵੀਰਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ, ਨਮਸਕਾਰ। ਦੋਸਤੋ, ਇਹ ਤਸਵੀਰਾਂ ਜੋ ਅਸੀਂ ਤੁਹਾਨੂੰ ਦਿਖਾ ਰਹੇ ਹਾਂ, ਇਹ ਹਨ ਜ਼ਿਲ੍ਹਾ ਬਰਨਾਲਾ ਦੀਆਂ। ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ, ਬਰਸਾਤ ਤੋਂ ਬਾਅਦ ਸਾਈ ਜ਼ਿਲ੍ਹਾ ਬਰਨਾਲਾ ਵਿੱਚ ਸੰਘਣੀ ਧੁੰਦ। ਹਾਲਾਂਕਿ ਕਣਕ ਦੀਆਂ ਫਸਲਾਂ ਲਈ ਜੋ ਇਹ ਪੈ ਰਹੀ ਠੰਡ ਲਾਭਦਾਇਕ ਹੋਵੇਗੀ। ਲੰਘੇ ਦਿਨ ਪੰਜਾਬ ਦੇ ਵਿੱਚ ਕੁਝ ਥਾਵਾਂ 'ਤੇ ਗੜੇਮਾਰੀ ਦੀਆਂ ਵੀ ਜੋ ਖਬਰਾਂ ਆ ਰਹੀਆਂ ਨੇ, ਜਿਵੇਂ ਕਿ ਤੁਸੀਂ ਸੋਸ਼ਲ ਮੀਡੀਆ 'ਤੇ ਵੀ ਦੇਖੀਆਂ ਹੋਣਗੀਆਂ। ਬਰਨਾਲਾ ਜ਼ਿਲ੍ਹੇ ਦੇ ਹੀ ਸੰਦੌੜ ਅਤੇ ਮਾਨਕੀ ਪਿੰਡ ਵਿੱਚ ਜ਼ਿਆਦਾ ਗੜੇਮਾਰੀ ਦੇ ਕਾਰਨ ਕਿਸਾਨਾਂ ਦਾ ਕਾਫੀ ਨੁਕਸਾਨ ਹੋਇਆ ਫਸਲਾਂ ਦਾ। ਹਾਲਾਂਕਿ ਮੌਸਮ ਅੱਗੇ ਸਾਫ਼ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। 25-26 ਜਨਵਰੀ ਨੂੰ ਕੋਈ ਦੁਬਾਰਾ ਮੌਸਮ ਬਣਨ ਦੀ ਸੰਭਾਵਨਾ ਜੋ ਕਿ ਜਤਾਈ ਗਈ ਸੀ, ਮੌਸਮ ਵਿਭਾਗ ਦੁਆਰਾ ਜਤਾਈ ਗਈ ਹੈ 25-26 ਜਨਵਰੀ ਨੂੰ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਰਸਾਤ ਤੋਂ ਬਾਅਦ ਜੋ ਪਹਿਲੀ ਧੁੰਦ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਇਸ ਬਰਸਾਤ ਦੇ ਅਤੇ ਗੜੇਮਾਰੀ ਦੇ ਕਾਰਨ ਪਾਰੇ ਵਿੱਚ ਵੀ ਕਾਫੀ ਗਿਰਾਵਟ ਆਈ ਹੈ, ਜੋ ਕਿ ਸੰਘਣੀ ਧੁੰਦ ਵੀ ਤੁਸੀਂ ਦੇਖ ਸਕਦੇ ਹੋ। ਪੰਜਾਬ ਦੇ ਵਿੱਚ ਗੜੇਮਾਰੀ ਹੋਣ ਦੇ ਕਾਰਨ ਠੰਡ ਵਿੱਚ ਵਧੀ ਆਮਦ। ਹਾਲਾਂਕਿ ਠੰਡ ਕਣਕ ਦੇ ਲਈ ਫਾਇਦੇਮੰਦ ਰਹੇਗੀ, ਲੇਕਿਨ ਕੁਝ ਫਸਲਾਂ ਲਈ ਇਹ ਨੁਕਸਾਨ ਤੱਕ ਵੀ ਹੋਵੇਗੀ, ਜੋ ਕਿ ਪਿਛਲੇ ਦਿਨੀ ਗੜੇਮਾਰੀ ਨੇ ਵੀ ਕਿਸਾਨਾਂ ਦਾ ਬਹੁਤ ਨੁਕਸਾਨ ਕੀਤਾ। ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜ਼ਿਲ੍ਹਾ ਬਰਨਾਲਾ ਦੀ।